ऐडा क्यों जालम बन भै गया तू
ਵਾਜੀ ਬਾਈ ਤਾੜੀ ਮਾਰ ਦਿਓ ਬੱਚੇ ਦੇ ਨਾਲ ਜੀ। ਇੱਦਾਂ ਦੇ ਕੰਮ ਕਰਿਆ ਕਰੋ ਵੀ ਆਹ 100 ਰੁਪਇਆ ਦੇ ਆ ਬੇਟਾ, ਕੁਲਦੀਪ ਕੰਠ ਗਾਈ ਜਾਂਦਾ, ਆਹ 100 ਰੁਪਇਆ ਦੇ ਆ, ਬਾਬਾ ਜੀ ਦਾ ਦਰਬਾਰ ਲੱਗ ਰਿਹਾ, ਮੱਥਾ ਟੇਕ ਆ, ਗੁਰੂ ਘਰ ਦੇ ਆ, ਸਤਿਕਾਰ ਕਰਕੇ ਆ। ਬੱਚਿਆਂ ਨੂੰ ਇਹ ਸਿਖਾਇਆ ਕਰੋ, ਹੱਥ ਜੋੜ ਕੇ ਮੈਂ ਬੇਨਤੀ ਕਰਦਾ, ਇੱਦਾਂ ਦੀ ਸ਼ਿਕਸ਼ਾ ਦਿਆ ਕਰੋ ਬੱਚਿਆਂ ਨੂੰ। ਪਰ ਹੱਥ ਜੋੜ ਕੇ ਮੈਂ ਸਾਰਿਆਂ ਦੇ ਵੀਰਾਂ ਦੇ ਚਰਨਾਂ 'ਚ ਬੇਨਤੀ ਕਰਦਾ ਕਿ 10 ਰੁਪਈਏ ਦੇ ਕੇ ਬੱਚੇ ਨੂੰ ਦੁਕਾਨ 'ਤੇ ਨਾ ਭੇਜਿਆ ਕਰੋ ਵੀ ਗੋਲਾ ਮੰਡਲ ਭੱਜ ਕੇ ਫੜ ਕੇ ਲਿਆ। ਹੱਥ ਖੜੇ ਕਰੋ ਵੀ ਅਸੀਂ ਨਹੀਂ ਕਹਿੰਦੇ, ਮੈਂ ਬੱਚੇ ਨੂੰ ਪੈਸੇ ਨਹੀਂ ਦਿੰਦੇ ਇਹਦੇ ਵਾਸਤੇ ਵੀ ਲੈ ਬੇਟਾ 10 ਰੁਪਏ ਭੱਜ ਕੇ ਗੋਲਾ ਮੰਡਲ ਫੜ ਕੇ ਲਿਆ, ਬਾਕੀ ਆ ਕੇਬਲ ਨੂੰ ਬਾਬਾ ਪਤਾ ਹੈ ਨਾ ਬਰੈਡਾ ਉਹਨਾਂ ਕੰਪਨੀਆਂ ਦਾ। ਇੱਕ ਗੱਲ ਨਹੀਂ ਕਹਿੰਦੀ ਭੈਣਾ, ਨੋਟ ਕਰਨੀ ਗੱਲ ਤੁਸੀਂ, ਧੀ ਇੱਕ ਗੱਲ ਨਹੀਂ ਕਹਿੰਦੀ ਸਾਰੀ ਉਮਰ ਆਪਣੇ ਮਾਤਾ ਪਿਤਾ ਨੂੰ, ਜੰਮਣ ਵਾਲਿਆਂ ਨੂੰ, ਜਨਮ ਦੇਣ ਵਾਲਿਆਂ ਨੂੰ ਸਾਰੀ ਉਮਰ ਇੱਕ ਗੱਲ ਨਹੀਂ ਕਹਿੰਦੀ। ਉਹ ਕਿਹੜੀ ਗੱਲ ਹੈ? ਬੁੜਾ ਬੁੜੀ ਨਹੀਂ ਕਹਿੰਦੀ, ਬੁੜਾ ਬੁੜੀ ਨਹੀਂ ਕਹਿੰਦੀ ਆਪਣੇ ਜੰਮਣ ਵਾਲਿਆਂ ਨੂੰ। ਬੇਸ਼ੱਕ ਪੁੱਤ ਪੋਤੇ ਪੋਤਿਆਂ ਵਾਲੀ ਹੋ ਜਾਵੇ, ਪੜੋਤਿਆਂ ਵਾਲੀ ਹੋ ਜਾਵੇ, ਕਹਿੰਦੀ ਮੇਰੇ ਪਾਪਾ ਜੀ ਆਉਂਦਾ, ਮੇਰਾ ਡੈਡੀ ਆਉਂਦਾ, ਮੇਰਾ ਬਾਪੂ ਆਉਂਦਾ, ਮੇਰੇ ਪਿਤਾ ਜੀ ਆਉਂਦੇ ਨੇ, ਇਹ ਗੱਲ ਕਹਿੰਦੀ ਆਪਣੇ ਜੰਮਣ ਵਾਲਿਆਂ ਨੂੰ। ਅਤੇ ਮੁੰਡਾ ਮੁੰਡਾ ਅੱਜ 15 ਸਾਲਾਂ ਦਾ ਹੋ ਕੇ ਕਹਿੰਦਾ ਲੈ ਸਾਡੇ ਬੁੜੇ ਨੂੰ ਰੋਜ਼ ਕਹੀਦਾ ਮੈਨੂੰ, ਆਹ ਜਿਹੜੀ ਸੇਬ ਦੇ ਦੰਦੀ ਜੀ ਵੱਡੀ ਹੁੰਦੀ ਉਹ ਫੋਨ ਦੁਬਾਰੇ ਐਪਲ ਐਪਲ ਦਾ ਫੋਨ ਦਵਾ ਦਿਓ, ਸਾਡੇ ਬੁੜੇ ਨੂੰ ਰੋਜ਼ ਕਰਨਾ, ਸਾਡੀ ਬੁੜੀ ਨੂੰ ਇੰਨੀ ਪੈਨਸ਼ਨ ਮਿਲਦੀ ਆ ਹੁਣ ਤਾਂ ਸੁੱਖ ਨਾਲ 1800 ਹੋ ਗਈ ਸਾਡੀ ਬੁੜੀ ਨੂੰ, 200 ਨੈੱਟ ਪੈਕ ਹੋਣ ਵਾਸਤੇ ਵੀ ਨਹੀਂ ਦਿੰਦੀ ਮਿੱਤਰਾ, ਸਾਡੀ ਬੁੜੀ ਇੰਨੀ ਕਜੂਸ ਹੈ। ਬੁੜਾ ਬੁੜੀ ਕਹਿੰਦੇ ਨੇ ਅੱਜ ਕੱਲ੍ਹ ਦੇ ਮੁੰਡੇ, ਹੱਥ ਖੜੇ ਕਰੋ ਕੌਣ ਕੌਣ ਕਹਿੰਦੇ ਨੇ ਆਪਣੇ ਮਾਤਾ ਪਿਤਾ ਨੂੰ ਬੁੜਾ ਬੁੜੀ? ਹਾਂ ਇੱਕ ਬੰਦੇ ਨੇ ਹੱਥ ਖੜਾ ਕਰਿਆ, ਬਾਕੀ ਨੂੰ ਸੰਗ ਲੱਗਦੀ ਹੈ। ਹਾਂ ਧੀਆਂ ਨਹੀਂ ਕਹਿੰਦੀਆਂ ਸਾਰੀ ਉਮਰ ਆਪਣੇ ਮਾਤਾ ਪਿਤਾ ਨੂੰ ਬੁੜੀ ਬੁੜਾ ਬੁੜੀ, ਚਲੋ ਐਂ ਕਰੋ ਇਹਨਾਂ ਵੀਰਾਂ ਨੂੰ ਤਾਂ ਲੱਗਦੀ ਆ ਸੰਗ, ਸ਼ਰਮ ਮੰਨ ਗਏ ਵੀਰ ਤਾਂ, ਉਹ ਭੈਣਾਂ ਹੱਥ ਖੜੇ ਕਰਨਗੀਆਂ ਜਿਹੜੀਆਂ ਆਪਣੇ ਮਾਤਾ ਪਿਤਾ ਨੂੰ ਮਾਤਾ ਪਿਤਾ ਹੀ ਕਹਿੰਦੀਆਂ ਨੇ। ਹਾਂ ਆਹ ਦੇਖ ਲਓ ਆਹ ਸਾਰੀਆਂ ਭੈਣਾਂ ਨੇ ਹੱਥ ਖੜੇ ਕਰੇ ਨੇ ਹੱਥ ਥੱਲੇ, ਹੁਣ ਮੇਰੀਆਂ ਉਹ ਭੈਣਾਂ ਹੱਥ ਖੜੇ ਕਰਨਗੀਆਂ ਜਿਹੜੀਆਂ ਆਪਣੇ ਸੱਸ ਸਹੁਰੇ ਨੂੰ ਬੁੜਾ ਬੁੜੀ ਕਹਿੰਦੀਆਂ, ਹੁਣ ਭੈਣਾਂ ਨਹੀਂ ਕਰਦੀਆਂ ਹੱਥ ਖੜੇ, ਹੁਣ ਇਹਨਾਂ ਨੂੰ ਸੰਗ ਲੱਗਦੀ ਹੈ। ਤੁਹਾਡੇ ਦੋਨਾਂ ਟੀਮਾਂ ਦੇ ਚਰਨਾਂ 'ਚ ਬੇਨਤੀ ਹੈ ਵੀ ਵੱਡਿਆਂ ਦਾ ਸਤਿਕਾਰ ਕਰਿਆ ਕਰੋ, ਬਜ਼ੁਰਗਾਂ ਦਾ ਸਤਿਕਾਰ ਕਰਿਆ ਕਰੋ, ਬੇਬੇ ਬਾਪੂ ਕਿਹਾ ਕਰੋ, ਬੁੜਾ ਬੁੜੀ ਨਾ ਕਿਹਾ ਕਰੋ, ਠੀਕ ਹੈ ਜੀ? ਹੱਥ ਖੜੇ ਕਰੋ ਵੀ ਅਸੀਂ ਨਹੀਂ ਇਦੋਂ ਬਾਅਦ ਕਹਿੰਦੇ, ਭੈਣਾਂ ਤਾਂ ਕਹਿੰਦੀਆਂ ਕਦੇ ਪੈਣਾ ਹੀ ਪੈ ਜਾਂਦਾ ਹੈ, ਪੁੱਤ ਸਭ ਕੁਛ ਵੰਡਾ ਲੈਂਦੇ ਨੇ, ਜਾਇਦਾਦਾਂ ਬੈਂਕ ਅਕਾਊਂਟ ਹੀਰੇ ਜਵਾਹਰਾਤ ਸੋਨਾ ਚਾਂਦੀ ਘਰਾਂ ਦੇ ਵਿੱਚ ਨਿੱਕੀਆਂ ਨਿੱਕੀਆਂ ਕੰਧਾਂ ਕੱਢ ਲੈਂਦੇ ਨੇ, ਮੰਜਾ ਸਾਂਝਾ ਹੋਵੇ ਤਾਂ ਬੇਬੇ ਬਾਪੂ ਦਾ ਉਹ ਵੀ ਵੱਢ ਲੈਂਦੇ ਨੇ, ਪਰ ਧੀਆਂ ਕੀ ਵੰਡਾਉਂਦੀਆਂ ਨੇ, ਕੀ ਬਣਾਉਂਦੀਆਂ ਨੇ ਧੀਆਂ? ਬੇਬੇ ਕਹਿੰਦੀ ਦੁੱਖ, ਤਾੜੀ ਮਾਰਦੇ ਬੇਬੇ ਨਾਲ ਦੀ, ਹਾਂ ਦੁੱਖ ਬਣਾਉਂਦੀਆਂ ਨੇ ਧੀਆਂ। We'll be right back.